ਪਿਆਰੇ ਬੱਚਿਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਸਾਰਿਆਂ ਨੂੰ ਪਤਾ ਹੈ ਵੀ ਅੱਜ ਨਵੋਦਿਆ ਚ 6ਵੀਂ ਜਮਾਤ ਚ ਜਿਹੜਾ ਦਾਖਲਾ ਲੈਣ ਵਾਸਤੇ ਜੋ ਪੇਪਰ ਲਿਆ ਜਾਣਾ ਸੀ ਉਹ ਅੱਜ ਪੇਪਰ ਹੋਇਆ ਇਹਦੇ ਸਬੰਧ ਚ ਆਪਾਂ ਕੱਲ ਇੱਕ ਵੀਡੀਓ ਪਾਈ ਸੀ ਜਿੰਦੇ ਚ ਆਪਾਂ 2023 ਚ ਜੋ ਪੇਪਰ ਹੋਇਆ ਸੀ ਉਹ ਬੱਚਿਆਂ ਨੂੰ ਵੀਡੀਓ ਬਣਾ ਕੇ ਉਹਦਾ ਸੋਲੂਸ਼ਨ ਕਰਕੇ ਆਪਾਂ ਦੱਸਿਆ ਸੀ ਵੀ ਕਿੱਦਾਂ ਦਾ ਜਿਹੜਾ ਪੇਪਰ ਆਉਂਦਾ ਹੈ ਤੇ ਸੇਮ ਟੂ ਸੇਮ ਉਸੇ ਤਰ੍ਹਾਂ ਦਾ ਹੀ ਪੇਪਰ ਆਇਆ ਤੇ ਉਸ ਪੇਪਰ ਦੀ ਕਾਫੀ ਬੱਚਿਆਂ ਨੂੰ ਜਿਹੜੀ ਹੈਲਪ ਮਿਲੀ ਉਹਦੇ ਅਕੋਰਡਿੰਗ ਜਿਹੜਾ ਬੱਚੇ ਪੇਪਰ ਜਿਹੜਾ ਹੱਲ ਕਰ ਪਏ ਹੁਣ ਅੱਜ ਜਿਹੜਾ ਪੇਪਰ ਹੋਇਆ 20 ਜਨਵਰੀ ਨੂੰ 2024 ਦਾ ਜੋ ਪੇਪਰ ਹੋਇਆ ਹੈ ਉਹਦੀ ਆਪਾਂ ਆਨਸਰ ਕੀ ਦੱਸਣ ਜਾ ਰਹੇ ਹਾਂ ਸਾਰਾ ਸੋਲੂਸ਼ਨ ਦੱਸਣ ਜਾ ਰਹੇ ਹਾਂ ਕਿੰਦਾ ਕੀ ਆਨਸਰ ਸੀ ਸਾਰੇ ਬੱਚੇ ਆਪਣਾ ਪੇਪਰ ਲੈ ਕੇ ਇਸ ਪੇਪਰ ਦੇ ਨਾਲ ਇਸ ਵੀਡੀਓ ਦੇ ਨਾਲ ਜਿਹੜੇ ਆਨਸਰ ਮਿਲਾ ਕੇ ਆਪਣੇ ਨੰਬਰ ਕਾਊਂਟ ਕਰ ਲਿਓ ਕਿੰਨੇ-ਕਿੰਨੇ ਨੰਬਰ ਤੁਹਾਡੇ बन ਰਿਹਾ ਤੇ ਜੋ ਤੁਹਾਡੇ ਨੰਬਰ ਬਣ ਰਿਹਾ ਉਹ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੇ ਹੁਣ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਜਿਹੜੀ ਅਨਸਰ ਕੀ ਪੂਰਾ ਪੇਪਰ ਸੋਲੂਸ਼ਨ ਕਰਨ ਤੋਂ ਬਾਅਦ ਜਿਹੜੇ ਅਨਸਰ ਬੰਦੇ ਆ ਉਹ ਆਪਾਂ ਦੱਸੀ ਜਾਵਾਂਗੇ ਤੁਸੀਂ ਆਪਣੇ ਆਪਣੇ ਨਾਲ ਮਿਲਾਈ ਜਿਓ ਤੇ ਤੁਹਾਡੇ ਕਿੰਨੇ ਸਹੀ ਆ ਕਿੰਨੇ ਗਲਤ ਆ ਕਿੰਨੇ ਨੰਬਰ ਬੰਦੇ ਆ ਉਹ ਤੁਸੀਂ ਕਮੈਂਟਾਂ ਚ ਜਰੂਰ ਦੱਸਿਓ ਤੇ ਹੁਣ ਆਪਾਂ ਚੱਲਦੇ ਹਾਂ ਆ ਪੇਪਰ ਤੇ ਇਹ ਪੇਪਰ ਸੀਗਾ ਤੇ ਇਹਦੇ ਵਿੱਚ ਆਪਾਂ ਦੇਖਦੇ ਹਾਂ ਇਹ ਸਾਰੀਆਂ ਇਨਸਟਰਕਸ਼ਨ ਜਿਹੜੀਆਂ ਤੁਸੀਂ ਆਪ ਹੀ ਪੜ ਲੀਆਂ ਹੋਣੀਆਂ ਇਹਦੇ ਤੋਂ ਆਪਾਂ ਅੱਗੇ ਚੱਲਦੇ ਹਾਂ ਪਹਿਲਾ ਨੰਬਰ ਪਹਿਲਾ ਨੰਬਰ ਜਿਹੜਾ ਕੁਐਸਚਨ ਸੀਗਾ ਇਹਦੇ ਵਿੱਚ ਜਿਹੜੇ ਉਹੀ ਮਾਨਸਿਕ ਯੋਗਤਾ ਪ੍ਰੀਖਿਆ ਦੇ ਜਿਹੜੇ 40 ਕੁਐਸਚਨ ਹੋਣੇ ਸੀਗੇ ਇਹਨਾਂ 40 ਦੇ ਵਿੱਚੋਂ ਜਿਹੜੇ ਪਹਿਲੇ ਸੀਗੇ ਪਹਿਲੇ ਦੇ ਵਿੱਚ ਜਿਹੜਾ ਕਿ ਆ ਸਭ ਤੋਂ ਆਪਾਂ ਆਡ ਨੰਬਰ ਲੱਭਣਾ ਸੀਗਾ ਵੀ ਆਡ ਕਿਹੜਾ ਆਡ ਮਤਲਬ ਅਲੱਗ ਕਿਹੜਾ ਇਹਦਾ ਪਹਿਲੇ ਦਾ ਜਿਹੜਾ ਆਨਸਰ ਆਉਂਦਾ ਉਹ ਆ ਜਾਂਦਾ ਹੈ ਡੀ ਪਹਿਲੇ ਦਾ ਆਨਸਰ ਡੀ ਆਉਂਦਾ ਹੈ ਉਸ ਤੋਂ ਬਾਅਦ ਦੂਸਰਾ ਦੂਸਰੇ ਦਾ ਆਨਸਰ ਕੀ ਆ ਜਾਂਦਾ ਹੈ ਸੀ ਆਪਾਂ ਸਿੱਧੇ ਸਿੱਧੇ ਅਨਸਰ ਦੇ ਸੰਗੇ ਹੁਣ ਪ੍ਰੋਪਰ ਸੋਲੂਸ਼ਨ ਕਰਾਂਗੇ ਤੇ ਵੀਡੀਓ ਬਹੁਤ ਲੰਬੀ ਹੋ ਜਾਏਗੀ ਤੁਸੀਂ ਬਸ ਹੀ ਰਹੇ ਆਪਣੇ ਆਪਣੇ ਜਿਹੜੇ ਅਨਸਰ ਮਿਲਾ ਲਿਓ ਤੇ ਉਸ ਤੋਂ ਬਾਅਦ ਜੇ ਤੁਸੀਂ ਕਹੋਗੇ ਤੇ ਮੈਂ ਦੀ ਪ੍ਰੋਪਰ ਸੋਲੂਸ਼ਨ ਦੀ ਆਪਾਂ ਵੀਡੀਓ ਬਣਾ ਦੇਾਂਗੇ ਤੇ ਹੁਣ ਤੁਸੀਂ ਸਿਰਫ ਅਨਸਰ ਮਿਲਾਈ ਚਲੋ ਅੱਗੇ ਆਪਾਂ ਚੱਲਾਂਗੇ 3 ਨੰਬਰ ਤੇ 3 ਨੰਬਰ ਦਾ ਜਿਹੜਾ ਅਨਸਰ ਹੈ 3 ਨੰਬਰ ਦਾ ਅਨਸਰ ਹੈ ਡੀ 4 ਨੰਬਰ ਦਾ ਅਨਸਰ ਬਣੇਗਾ ਬੀ ਉਸ ਤੋਂ ਬਾਅਦ ਆਪਾਂ ਚੱਲਾਂਗੇ ਅੱਗੇ 5 ਨੰਬਰ ਤੇ ਇਹਦੇ ਵਿੱਚ ਜਿਹੜੀ ਸ਼ੇਪ ਆਪਣੇ ਕੋਲ ਸਾਹਮਣੇ ਦਿੱਤੀ ਹੋਈ ਹੈ ਉਹਦੇ ਨਾਲ ਦੀ ਸ਼ੇਪ ਆਪਾਂ ਜਿੱਥੇ ਲੱਭਣੀ ਹੈ ਤੇ 5 ਨੰਬਰ ਦਾ ਜਿਹੜਾ ਆਨਸਰ ਹੈ ਡੀ ਹੈ ਇਸੇ ਤਰ੍ਹਾਂ ਜਿਹੜਾ 6 ਨੰਬਰ ਦਾ ਆਨਸਰ ਹੈ 6 ਨੰਬਰ ਦਾ ਵੀ ਜਿਹੜਾ ਡੀ ਬੰਦ ਹੈ ਉਸ ਤੋਂ ਬਾਅਦ ਆਪਾਂ ਚੱਲਾਂਗੇ 7 ਨੰਬਰ ਤੇ 7 ਨੰਬਰ ਦਾ ਜਿਹੜਾ ਆਨਸਰ ਬੰਦ ਹੈ ਉਹ ਹੈਗਾ ਹੈ ਬੀ ਤੇ ਜਿਹੜਾ 8 ਨੰਬਰ ਦਾ ਆਨਸਰ ਬੰਦ ਹੈ ਉਹ ਵੀ ਬੀ ਬੰਦ ਹੈ ਫਿਰ ਤੋਂ ਆਪਾਂ ਚੱਲਾਂਗੇ ਅੱਗੇ 9 ਨੰਬਰ 9 ਨੰਬਰ ਦੇ ਵਿੱਚ ਆਪਾਂ ਦੇਖਾਂਗੇ ਇਹਦੇ ਵਿੱਚ ਜਿਹੜੀ ਅਕ੍ਰਿਤੀ ਫਿੱਟ ਹੁੰਦੀ ਹੈ ਚੌਕ ਚੌਥੇ ਬਾਕਸ ਦੇ ਵਿੱਚ ਉਹ ਆਪਾਂ ਲੱਭਣੀ ਸੀ ਤੇ ਨੌ ਨੰਬਰ ਦਾ ਆਨਸਰ ਜਿਹੜਾ ਉਹ ਬੰਦਾ ਹੈ ਬੀ ਉਸ ਤੋਂ ਬਾਅਦ 10 ਨੰਬਰ ਤੇ 10 ਨੰਬਰ ਦਾ ਆਨਸਰ ਹੈਗਾ ਸੀ ਉਸ ਤੋਂ ਬਾਅਦ 11 ਨੰਬਰ 11 ਨੰਬਰ ਦਾ ਆਨਸਰ ਹੈਗਾ ਏ ਏਸ ਅਕੋਰਡਿੰਗ ਜਿਹੜਾ ਆਪਣੇ ਆਨਸਰ ਤੁਸੀਂ ਮਿਲਾਈ ਚਲਿਓ ਉਸ ਤੋਂ ਬਾਅਦ ਆਪਾਂ ਕਰਾਂਗੇ 12 ਨੰਬਰ 12 ਨੰਬਰ ਦਾ ਜਿਹੜਾ ਆਨਸਰ ਬੰਦਾ ਹੈ ਉਹ ਆਨਸਰ ਹੈਗਾ ਏ ਇਹ ਬੱਚੇ ਨੇ ਆਪਣਾ ਪੇਪਰ ਭੇਜਿਆ ਹੈ ਆਪਾਂ ਨੂੰ ਹੁਣ ਦੇ ਤੋਂ ਸੋਲੂਸ਼ਨ ਕਾਫੀ ਬੱਚੇ ਨੇ ਕੁਸ਼ਣ ਸਹੀ ਕੀਤੇ ਹੋਏ ਜਿਹੜੇ ਗਲਤ ਹੈ ਉਹ ਆਪਾਂ ਟਿੱਕ ਕਰਵਾਵਾਂਗੇ ਬਾਕੀ ਮੈਂ ਸਾਰੇ ਟਿੱਕ ਕਰਵਾ ਰਿਹਾ ਕਾਫੀ ਬੱਚੇ ਦੇ ਸਹੀ ਹੈ ਉਸ ਤੋਂ ਬਾਅਦ ਆਪਾਂ ਕਰਾਂਗੇ 13 ਨੰਬਰ 13 ਨੰਬਰ ਦਾ ਵੀ ਆਨਸਰ ਜਿਹੜਾ ਹੈ ਬੀ 14 ਨੰਬਰ 14 ਨੰਬਰ ਦਾ ਜਿਹੜਾ ਆਨਸਰ ਹੈਗਾ ਏ ਉਸ ਤੋਂ ਬਾਅਦ ਕਰਾਂਗੇ 15 ਨੰਬਰ 15 ਨੰਬਰ ਦਾ ਜਿਹੜਾ ਆਨਸਰ ਬੰਦਾ ਹੈ ਉਹ ਹੈਗਾ ਬੀ ਉਸ ਤੋਂ ਬਾਅਦ 16 ਨੰਬਰ ਤੇ 16 ਨੰਬਰ ਦਾ ਵੀ ਆਨਸਰ ਜਿਹੜਾ ਹੈ ਬੀ ਉਸ ਤੋਂ ਬਾਅਦ ਆਪਾਂ ਕਰਾਂਗੇ 17 ਨੰਬਰ 17 ਨੰਬਰ ਜਿਹੜਾ ਕੁਐਸਚਨ ਸੀਗਾ ਇਹਦਾ ਆਨਸਰ ਬੰਦਾ ਹੈ ਜਿਹੜਾ ਉਹ ਬੰਦਾ ਹੈ ਸੀ ਉਸ ਤੋਂ ਬਾਅਦ 18 ਨੰਬਰ 18 ਨੰਬਰ ਦਾ ਜਿਹੜਾ ਆਨਸਰ ਬੰਦਾ ਹੈ ਉਹ ਬੰਦਾ ਹੈ ਬੀ ਉਸ ਤੋਂ ਬਾਅਦ 19 ਨੰਬਰ 19 ਨੰਬਰ ਦਾ ਜਿਹੜਾ ਆਨਸਰ ਹੈ ਉਹ ਬੰਦਾ ਹੈ ਸੀ ਉਸ ਤੋਂ ਅੱਗੇ 20 ਨੰਬਰ ਤੇ 20 ਨੰਬਰ ਦਾ ਜਿਹੜਾ ਆਨਸਰ ਬੰਦਾ ਹੈ 20 ਨੰਬਰ ਦਾ ਜੋ ਆਨਸਰ ਹੈ ਉਹ ਹੈਗਾ ਹੈ ਸੀ ਇਸੇ ਤਰ੍ਹਾਂ ਅੱਗੇ ਆਪਾਂ ਚੱਲਾਂਗੇ 21 ਨੰਬਰ ਤੇ ਤੇ 21 ਨੰਬਰ ਦੇ ਵਿੱਚ ਜਿਹੜਾ ਆਪਣਾ ਸੀ 22 ਨੰਬਰ ਦੇ ਵਿੱਚ ਆਨਸਰ ਹੈਗਾ ਆਪਣਾ A 23 ਨੰਬਰ ਦੇ ਵਿੱਚ ਆਨਸਰ ਹੈਗਾ ਆਪਣਾ C ਇਸੇ ਤਰ੍ਹਾਂ 24 ਨੰਬਰ ਦੇ ਵਿੱਚ ਆਨਸਰ ਜਿਹੜਾ ਹੈਗਾ ਉਹ ਹੈਗਾ ਆਪਣਾ B ਇਸੇ ਤਰ੍ਹਾਂ ਅੱਗੇ ਆਪਾਂ ਸੀਰੀਜ਼ ਨੂੰ ਕਰਦੇ ਜਾਵਾਂਗੇ 25 ਨੰਬਰ 25 ਨੰਬਰ ਤੇ ਜਿਹੜਾ ਆਨਸਰ ਬੰਦਾ ਹੈ 25 ਨੰਬਰ ਦਾ ਆਨਸਰ ਹੈਗਾ A 26 ਨੰਬਰ ਦਾ ਆਨਸਰ ਜੋ ਹੈਗਾ ਉਹ ਹੈਗਾ C 27 ਨੰਬਰ ਦਾ ਆਨਸਰ ਹੈਗਾ A ਜੇ ਵੀਡੀਓ ਤੁਹਾਨੂੰ ਥੋੜੀ ਤੇਜ਼ ਲੱਗ ਰਹੀ ਹੈ ਤਾਂ ਤੁਸੀਂ ਵੀਡੀਓ ਨੂੰ ਰੋਕ ਕੇ ਆਪਣੇ ਆਨਸਰ ਮਿਲਾ ਸਕਦੇ ਹੋ ਉਸ ਤੋਂ ਬਾਅਦ ਆਪਾਂ ਚੱਲਾਂਗੇ 28 ਨੰਬਰ ਤੇ 28 ਨੰਬਰ ਦੇ 28 ਨੰਬਰ ਦਾ ਜਿਹੜਾ ਆਨਸਰ ਆਊਗਾ ਉਹ ਹੈਗਾ A उसद आप चलोंगे उन्ती नंबर पर उन्नती नंबर क्वेश्चन जोड़ा कि है इतने पेपर कटिंग वाला है। पेपर कटिंग करके जो शेप बन दिया है उनके रिलेट क्वेश्चन है तो उन्नती नंबर का आंसर जो बनेगा ए ती नंबर का जो आंसर बनेगा वो बनेगा सी उसके बाद इकती नंबर का जो आंसर बनेगा इकती नंबर का जो आंसर बनेगा वह बनेगा ए उस तु बाद बत्ती नंबर का बत्ती नंबर का बनेगा ਬੀ ਉਸ ਤੋਂ ਬਾਅਦ ਪਾਤਰ ਤੀਤੀ ਨੰਬਰ ਕੁਐਸਚਨ ਤੇ ਇਹਦੇ ਵਿੱਚ ਅਕ੍ਰਿਤਿਆ ਤੋਂ ਆ ਸਾਰੇ ਹਿੱਸੇ ਅਲੱਗ-ਅਲੱਗ ਦਿੱਤੇ ਇਹਨਾਂ ਨੂੰ ਮਿਲਾ ਕੇ ਜੋ ਕ੍ਰਿਤੀ ਬਣਨੀ ਹੈ ਉਹਦੇ ਅਨਸਰ ਬੰਦੇ ਆ 33 ਨੰਬਰ ਤੇ 33 ਨੰਬਰ ਦਾ ਅਨਸਰ ਜਿਹੜਾ ਬਣੇਗਾ ਡੀ 34 34 ਦਾ ਅਨਸਰ ਬਣੇਗਾ ਏ 35 ਨੰਬਰ ਤੇ 35 ਨੰਬਰ ਦਾ ਬਣੇਗਾ ਸੀ 36 ਤੇ 36 ਨੰਬਰ ਦਾ ਜਿਹੜਾ ਬਣੇਗਾ आंसर बी उस तो बाद आप अगे चलते हैं सैंती नंबर क्वेश्चन पर सैंती नंबर क्वेश्चन सैंती नंबर दे आप देखा तो अपना जोड़ा आंसर बनेगा सैंती नंबर जो आंसर है ए ਉਸ ਤੋਂ ਬਾਅਦ 38 ਨੰਬਰ 38 ਨੰਬਰ ਦੇ ਵਿੱਚ ਆਨਸਰ ਹੈਗਾ ਸੀ ਉਸ ਤੋਂ ਬਾਅਦ 39 ਨੰਬਰ 39 ਨੰਬਰ ਦੇ ਵਿੱਚ ਆਨਸਰ ਹੈਗਾ ਏ ਤੇ 40 ਨੰਬਰ 40 ਨੰਬਰ ਦੇ ਵਿੱਚ ਆਨਸਰ ਹੈਗਾ ਸੀ ਇੱਥੇ ਜਿਹੜੇ ਆਪਣੇ ਜਿਹੜੇ ਬੁੱਧੀ ਮੱਤਾ ਵਾਲੇ ਜਿਹੜੇ 40 ਕੁਐਸਚਨ ਹੈ ਉਹ ਸੋਲੂਸ਼ਨ ਪੂਰਾ ਹੋ ਜਾਂਦਾ ਹੈ ਹੁਣ ਆਪਾਂ ਅੱਗੇ 41 ਤੋਂ ਲੈ ਕੇ ਜਿਹੜੇ 60 ਤੱਕ ਕੁਐਸਚਨ ਹੈ ਮੈਥ ਦੇ ਉਹਨਾਂ ਦਾ ਸੋਲੂਸ਼ਨ ਤੁਹਾਨੂੰ ਦੱਸਾਂਗੇ ਆਨਸਰ ਕੀ ਹੈ ਜਿਹੜਾ 41 ਨੰਬਰ ਦਾ ਹੈ ਇਹਦਾ ਆਨਸਰ ਹੋਣਾ ਸੀਗਾ B 2195 ਉਸ ਤੋਂ ਬਾਅਦ ਆਪਾਂ ਕਰਾਂਗੇ 42 ਨੰਬਰ 42 ਨੰਬਰ ਦਾ ਆਨਸਰ ਜਿਹੜਾ ਬੰਦਾ ਹੈ D 1/9 1/9 ਉਸ ਤੋਂ ਬਾਅਦ 43 ਨੰਬਰ 43 ਨੰਬਰ ਦਾ ਆਪਸ਼ਨ ਬੰਦਾ ਹੈ C ਉਸ ਤੇ 44 ਨੰਬਰ 44 ਨੰਬਰ ਦਾ ਵੀ ਜਿਹੜਾ C ਬੰਦਾ ਹੈ ਇਸੇ ਤਰ੍ਹਾਂ ਆਪਾਂ 45 ਨੰਬਰ ਤਾਂ ਦੇਖਦੇ ਤਾਂ ਇਹਦਾ ਆਨਸਰ ਬਣੇਗਾ D 750 ਇਸ ਤਰ੍ਹਾਂ 46 ਨੰਬਰ ਦੀ ਗੱਲ ਕਰਾਂਗੇ ਤੇ 46 ਨੰਬਰ ਦਾ ਆਪਸ਼ਨ B 1 ਤੋਂ ਲੈ ਕੇ 100 ਤੱਕ ਦੀਆਂ ਸਾਰੀਆਂ ਸੰਖਿਆਵਾਂ ਨੂੰ ਲਿਖਦੇ ਆ ਤਾਂ 9 ਕਿੰਨੀ ਵਾਰ ਹੁੰਦਾ ਹੈ ਤੇ ਉਹ 20 ਵਾਰ ਆਏਗਾ ਇਸ ਤੋਂ ਬਾਅਦ ਆਪਾਂ 47 ਨੰਬਰ ਦੀ ਗੱਲ ਕਰਾਂਗੇ 31 ਸਹੀ 7/16 ਨੂੰ ਦਸ਼ਮਲਵ ਦੇ ਵਿੱਚ ਦੋ ਪਰਵਰਤਿਤ ਕਰਦੇ ਹਾਂ ਤੇ ਇਹਦਾ ਆਪਸ਼ਨ ਨੰਬਰ C ਬਣੇਗਾ 31.4375 ਜਿਹੜਾ ਇਹਦਾ ਆਨਸਰ ਬੰਦਾ ਹੈ ਇਸੇ ਤਰ੍ਹਾਂ ਜਦੋਂ 4392 ਨੂੰ ਭਾਗ ਕਰਦੇ ਹਾਂ 3.66 ਨਾਲ ਤਾਂ 1200 ਬੰਦਾ ਹੈ ਇਸੇ ਤਰ੍ਹਾਂ ਜਦੋਂ 439.2 ਨੂੰ ਭਾਗ ਕਰਾਂਗੇ 36.6 ਨਾਲ ਦਾ ਆਨਸਰ ਬਣੇਗਾ A 12 ਇਸੇ ਤਰ੍ਹਾਂ 49 ਨੰਬਰ ਕੁਐਸਚਨ ਦੀ ਗੱਲ ਕਰਾਂਗੇ ਤਾਂ 49 ਨੰਬਰ ਦੇ ਵਿੱਚ 30 ਕਿਲੋਗ੍ਰam ਮਠਿਆਈ ਨਾਲ 2/3 ਕਿਲੋਗ੍ਰam ਭਾਰ ਦੇ ਕਿੰਨੇ ਮਠਿਆਈ ਦੇ ਪੈਕੇਟ ਬੰਦੇ ਆ ਤੇ ਉਹ ਬੰਦੇ ਆ 20 ਆਪਸ਼ਨ ਨੰਬਰ A ਇਸ ਤੋਂ ਬਾਅਦ 50 ਨੰਬਰ ਕੁਐਸਚਨ ਦੀ ਗੱਲ ਕਰੀਏ ਤਾਂ ਇੱਕ ਵਰਗ ਦਾ ਵਿਆਸ ਉਸ ਦੇ ਆਇਤ ਦੇ ਵਿਆਸ ਦੇ ਬਰਾਬਰ ਹੈ ਤੇ ਜਿਸ ਦੀ ਲੰਬਾਈ 17 ਮੀਟਰ ਅਤੇ ਚੌੜਾਈ 11 ਮੀਟਰ ਹੈ ਇਸ ਵਰਗ ਦਾ ਖੇਤਰਫਲ ਵਰਗ ਮੀਟਰ ਹੋਵੇਗਾ ਤੇ ਇਹਦਾ ਜਿਹੜਾ ਖੇਤਰਫਲ ਬਣ ਜਾਂਦਾ ਇੰਦੇ ਵਿੱਚ ਆਪਾਂ ਜੇ ਵਰਗ ਦੇ ਵਿਆਸ ਦੀ ਆ ਇਸ ਵਰਗ ਦੇ ਖੇਤਰਫਲ ਦੀ ਗੱਲ ਕਰਦੇ ਆ ਤੇ ਜਿਹੜੇ ਵਿਆਸ ਦੀ ਗੱਲ ਕੀਤੀ ਏ ਜੇ ਵਿਆਸ 11 ਬਣ ਰਿਹਾ ਤੇ ਇਹਦਾ ਮਤਲਬ ਇਹਦੇ ਬਰਾਬਰ ਦੀਆਂ ਜਿਹੜੀਆਂ ਭੁਜਾਵਾਂ ਆ ਉਹ ਵੀ 11-11 ਹੋਣਗੀਆਂ ਤੇ ਇਹਦਾ ਜਿਹੜਾ ਵਰਗ ਦਾ ਖੇਤਰਫਲ ਬਣੇਗਾ ਉਹ ਬਣੇਗਾ 121 ਆਪਸ਼ਨ ਨੰਬਰ ਡੀ ਇਸ ਤੋਂ ਬਾਅਦ 51 ਨੰਬਰ ਇੱਕ ਪਿੰਨ ਉਹੀ ਜਾਂ ਬਰਾਬਰ ਰਹਿੰਦੀ ਹੈ ਜਦੋਂ ਇੱਕ ਸੰਖਿਆ ਨਾਲ ਅੰਸ਼ ਅਤੇ ਹਰ ਦੋਨਾਂ ਨੂੰ ਜਿਹੜਾ ਗੁਣਾ ਕਰ ਕੀਤਾ ਜਾਵੇ ਜਿਹੜਾ ਕਿ 0 ਨੂੰ ਛੱਡ ਕੇ ਤੇ অপਸ਼ਨ ਨੰਬਰ ਸੀ 51 ਦਾ ਜਿਹੜਾ ਆਨਸਰ ਬੰਦਾ ਹੈ ਉਸ ਤੋਂ ਬਾਅਦ 52 ਨੰਬਰ ਹੈ ਜਿਹੜਾ ਗ੍ਰਾਫ ਦੇ ਅਕੋਰਡਿੰਗ ਦੱਸਿਆ ਗਿਆ ਸੀਗਾ ਇਹਦਾ ਚ ਪਹਿਲਾ ਕੁਐਸਚਨ ਬੰਦਾ ਹੈ ਜਿਹੜਾ ਆਸਟ੍ਰੇਲੀਆ ਦੀ ਟੀਮ ਨੇ ਪਾਕਿਸਤਾਨ ਦੀ ਟੀਮ ਨਾਲੋਂ ਕਿੰਨੇ ਮੈਚ ਵੱਧ ਖੇਡੇ ਤੇ ਇਹਦਾ ਜਿਹੜਾ ਆਨਸਰ ਬੰਦਾ ਹੈ ਏ 8 ਤੇ ਇਸ ਤਰ੍ਹਾਂ ਜਿਹੜਾ ਥੱਲੇ ਜਿਹੜਾ ਕੋਣਾਂ ਦੇ ਮਾਪ ਅਲੱਗ-ਅਲੱਗ ਬੰਦੇ ਆ ਜੇ ਆਪਾਂ x ਦਾ ਮੁੱਲ ਕੱਢ ਕੇ ਕੋਣਾਂ ਦੇ ਮਾਪ ਬਣਾਉਂਦੇ ਤੇ ਇਹਦਾ ਆਨਸਰ ਪਹਿਲਾ ਆ ਜਾਂਦਾ ਹੈ ਜਿਹੜਾ x ਦਾ ਮੁੱਲ 20 ਹੈ ਤੇ 2x ਦਾ 40 ਤੇ 4x ਦਾ 80 ਤੇ 6x ਦਾ ਜਿਹੜਾ 120 ਆਪਸ਼ਨ ਨੰਬਰ A ਆਏਗਾ ਇਹਦਾ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ 54 ਨੰਬਰ ਕੁਐਸਚਨ ਦੀ ਇੱਕ ਮਸ਼ੀਨ 1 ਮਿੰਟ ਵਿੱਚ 12 ਪੰਨੇ ਛਾਪ ਸਕਦੀ ਹੈ ਤਾਂ 5760 ਪੰਨੇ ਛਾਪਣ ਵਿੱਚ ਕਿੰਨਾ ਸਮਾਂ ਤੇ ਇਸ ਨੂੰ ਜਿਹੜੇ 8 ਘੰਟੇ ਲੱਗਣਗੇ ਇਸ ਤਰ੍ਹਾਂ ਆਪਾਂ ਅੱਗੇ ਗੱਲ ਕਰਾਂਗੇ ਕਵੈਸਚਨ ਨੰਬਰ ਜਿਹੜਾ 55 ਤੇ 55 ਨੰਬਰ ਕੁਐਸਚਨ ਚ ਆਪਾਂ ਜਦੋਂ ਲਗਭਗ ਦੀ ਗੱਲ ਕੀਤੀ ਗਈ ਹੈ ਤੇ ਇਹਦਾ ਜਦੋਂ ਆਪਾਂ ਗੁਣਾ ਕਰਕੇ ਦੋਨਾਂ ਪਾਸਿਆਂ ਨੂੰ ਤੇ ਘਟਾਓ ਕਰਦੇ ਹਾਂ ਤੇ ਜਿਹੜਾ 26 ਦੇ ਅਰਾਊਂਡ ਜਿਹੜਾ ਬੰਦ ਹੈ ਆਨਸਰ B ਜੇਕਰ ਦੋ ਕੋਣਾਂ ਦਾ ਖੇਤਰਫਲ ਇੱਕ ਅਧਿਕ ਕੋਣ ਹੈ ਤਾਂ ਹੇਠ ਵਿੱਚੋਂ ਕਿਹੜਾ ਸੰਭਵ ਨਹੀਂ ਹੈ ਤੇ ਦੋ ਸੰਭ ਕੋਣ ਹੋਰ ਸੰਭਵ ਨਹੀਂ ਹੋ ਸਕਦੇ ਜਦੋਂ ਇੱਕ ਕੋਣ ਅਧਿਕ ਹੋ ਜਾਵੇ ਤਾਂ ਤੇ ਇਹਦਾ ਆਪਸ਼ਨ ਨੰਬਰ D ਬਣ ਜਾਂਦਾ ਹੈ ਇਸ ਤੋਂ ਬਾਅਦ ਸੁਮੇਤ ਦਾ ਭਾਰ 107 ਕਿਲੋਗ੍ਰam ਹੈ ਤੇ ਸੰਜੇ ਦਾ ਭਾਰ 82 ਕਿਲੋਗ੍ਰam ਹੈ ਤੇ ਦੋਹਾਂ ਦੇ ਭਾਰ ਦਾ ਅਰਾਊਂਡਡ ਆਫ ਦੁਆਰਾ ਨਜ਼ਦੀਕੀ ਦਹਾਈ ਦੇ ਨਜ਼ਦੀਕੀ ਦਹਾਈਆਂ ਦੀ ਗੱਲ ਕਰਨੀ ਸੀ ਤੇ ਇਹਦੀ ਨਜ਼ਦੀਕੀ 110 ਹੈ ਤੇ ਇਹਦੀ 80 ਦੋਨਾਂ ਦੀ ਘਟਾਓ ਕਰ ਦੇਣੀ ਸੀ ਤੇ ਅਨਸਰ 30 ਕਿਲੋਗ੍ਰam ਆਪਸ਼ਨ A ਆ ਜਾਣਾ ਸੀ ਇਸ ਤੋਂ ਆਪਾਂ ਅੱਗੇ ਗੱਲ ਕਰਦੇ ਹਾਂ ਜਿਹੜੇ ਮਾਨ ਦੀ ਗੱਲ ਕੀਤੀ ਗਈ ਹੈ ਤੇ ਇਹਦਾ ਆਪਸ਼ਨ ਨੰਬਰ C ਆਣਾ ਸੀ 3 10000 ਅਤੇ 9 ਇਕਾਈਆਂ ਦੀ ਗੱਲ ਹੈ ਆਪਾਂ ਇਕਾਈਆਂ ਦੇਖ ਲਈਆਂ ਪਿੱਛੇ 9 ਇਕਾਈਆਂ ਕਿਉਂਕਿ ਸੈਂਕੜੇ ਵੀ ਨਹੀਂ ਦਹਾਈਆਂ ਵੀ ਨਹੀਂ ਤੇ ਸਿਰਫ ਇਕਾਈਆਂ ਤੇ ਇਥੋਂ ਆਪਣਾ ਆਨਸਰ ਸਹੀ ਨਿਕਲ ਜਾਂਦਾ ਹੈ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ 59 ਨੰਬਰ ਦੀ ਇੱਕ ਪੁਸਤਕ ਦਾ ਲਾਗਤ ਮੁੱਲ 100 ਹੈ ਤੇ ਇੱਕ ਦੁਕਾਨਦਾਰ ਜਈਆਂ ਤਿੰਨ ਪੁਸਤਕਾਂ ਨੂੰ 275 ਵਿੱਚ ਵੇਚਦਾ ਹੈ ਜੇ ਇੱਕ ਦਾ 100 ਹੈ ਤਾਂ ਤਿੰਨ ਦਾ 300 ਹੈ ਤੇ 275 ਜਦੋਂ ਆਪਾਂ ਘਟਾ ਦਿੰਨੇ ਆ ਇਹਦੇ ਵਿੱਚੋਂ ਵੇਚਣ ਤੋਂ ਬਾਅਦ ਤਾਂ 25 ਰੁਪਏ ਦੀ ਉਸਨੂੰ ਹਾਨੀ ਹੁੰਦੀ ਹੈ ਆਪਸ਼ਨ ਨੰਬਰ ਡੀ ਇਹਦਾ ਆਨਸਰ ਬਣ ਜਾਂਦਾ ਹੈ ਇਸੇ ਤਰ੍ਹਾਂ ਜਦੋਂ ਆਪਾਂ 60 ਦੀ ਗੱਲ ਕਰਦੇ ਹਾਂ ਤੇ 60 ਇੱਕ ਸੰਖਿਆ ਦੇ ਅੰਕਾਂ ਦਾ ਜੋੜ ਸੰਖਿਆ ਵਿੱਚੋਂ ਘਟਾਇਆ ਜਾਂਦਾ ਹੈ ਤਾਂ ਪਰਨਾਮੀ ਸੰਖਿਆ ਹਮੇਸ਼ਾ ਕੀ ਹੈ ਦੋ ਨਾਲ ਵਿਭਾਜਿਤ ਹੁੰਦੀ ਹੈ অপਸ਼ਨ A ਅਨਸਰ ਆ ਜਾਏਗਾ ਇਹਦਾ ਇੱਥੇ ਜਿਹੜੇ ਮੈਥ ਦੇ ਕੁਐਸਚਨ ਖਤਮ ਹੋ ਜਾਂਦੇ ਆ ਤੇ ਇਸ ਤੋਂ ਅੱਗੇ ਆਪਾਂ ਚੱਲਾਂਗੇ ਪੰਜਾਬੀ ਦੇ ਜਿਹੜੇ 20 ਕੁਐਸਚਨ ਹੈ ਉਹ ਆਪਾਂ ਸੋਲਵ ਕਰਾਂਗੇ ਤੇ ਇਹਦੇ ਵਿੱਚੋਂ ਜਿਹੜੇ ਨੰਬਰ ਬਣੇ ਆ ਟੋਟਲ ਤੇ ਜਿਹੜੇ ਪੰਜਾਬੀ ਚੋਂ ਬਣਨਗੇ ਟੋਟਲ ਨੰਬਰ ਮਿਲਾ ਕੇ ਤੁਸੀਂ ਕਮੈਂਟ ਕਰਨੇ ਆ ਅੱਗੇ ਆਪਾਂ ਕਰਾਂਗੇ ਪੰਜਾਬੀ ਦੇ ਪੰਜਾਬੀ ਸਾਰੇ ਬੱਚਿਆਂ ਨੇ ਪਹਿਰਾ ਪੜ ਲਿਆ ਹੋਣਾ ਹੈ ਪਹਿਰੇ ਤੋਂ ਬਾਅਦ ਜਿਹੜੇ ਆਪਾਂ ਆਨਸਰਾਂ ਨੂੰ ਠੀਕ ਕਰਾਂਗੇ ਸਿੱਧੇ-ਸਿੱਧੇ ਵੀ ਪਹਿਲੇ ਕੀ ਹੈ ਪਹਿਲਾ ਆਨਸਰ ਕੀ ਸੁੰਦਰ ਲਾਲ ਬਹੁਗੁਣਾ ਇੱਕ ਮਹਾਨ ਡੈਸ਼ ਹਨ ਤੇ ਕੀ ਹੈ ਪ੍ਰਿਆਵਰਣਵਾਦੀ ਜਿਹੜਾ ਪਰਿਆਵਰਣ ਨਾਲ ਪਿਆਰ ਕਰਦਾ ਉਹਨੂੰ ਆਪਾਂ ਕੀ ਕਹਿੰਦੇ ਆ ਪਰਿਆਵਰਣਵਾਦੀ ਆਪਸ਼ਨ ਨੰਬਰ ਏ ਤੇ ਬਾਠ ਉਹਨਾਂ ਦਾ ਪਿੰਡ ਡੈਸ਼ ਨਾਲ ਕਿਹਾਇਆ ਸੀ ਤੇ ਹਰੇ ਭਰੇ ਜੰਗਲਾਂ ਨਾਲ ਆਪਸ਼ਨ ਨੰਬਰ ਸੀ ਉਸ ਤੋਂ ਬਾਅਦ ਜੰਗਲ ਦੀ ਕਟਾਈ ਦੇ ਪ੍ਰਨਾਮ ਸਰੂਪ ਆਉਣ ਲੱਗੇ ਵਿਨਾਸ਼ਕਾਰੀ ਹੜ ਆਪਸ਼ਨ ਏ ਉਸ ਤੋਂ ਬਾਅਦ ਸੁੰਦਰਲਾਲ ਬੋਗੂਨਾ ਡੈਸ਼ ਸੰਗਿਆ ਹੈ ਵਿਅక్తిਵਾਚਕ ਸੰਗਿਆ ਹੈ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਮੁੱਲਵਾਨ ਡੈਸ਼ ਦਾ ਸਮਾਨਾਰਥਕ ਹੈ ਮੁੱਲਵਾਨ ਚੀਜ਼ ਕੀ ਹੁੰਦੀ ਹੈ ਜਿਹੜੀ ਅਨਮੋਲ ਹੁੰਦੀ ਜਿੰਦਾ ਮੁੱਲ ਨਹੀਂ ਕਿ ਆਪਾਂ ਕਰ ਸਕਦੇ ਉਸ ਤੋਂ ਬਾਅਦ 66 ਨੰਬਰ ਦੂਸਰੇ ਪੈਰੇ ਦੀ ਗੱਲ ਕਰਦੇ ਹਾਂ ਦੂਸਰੇ ਪੈਰੇ ਦੇ ਵਿੱਚ ਵੀ ਤੁਸੀਂ ਪੈਰਾ ਪੜੋਗੇ ਤੁਹਾਨੂੰ ਸਾਰੇ ਆਨਸਰ ਮਿਲ ਜਾਣਗੇ ਤੇ ਆਪਾਂ ਆਨਸਰ ਤੁਹਾਨੂੰ ਟਿੱਕ ਕਰਵਾ ਦਿੰਨੇ ਆ ਇਹਦੇ ਵਿੱਚ ਕੀ ਹੈ ਵਿਨਿਮਰਤਾ ਇੱਕ ਮਹਾਨ ਕੀ ਹੈ ਮਹਾਨ ਗੁਣ ਹੈ ਆਪਸ਼ਨ ਨੰਬਰ A ਉਸ ਤੋਂ ਬਾਅਦ 67 ਨੰਬਰ ਨਿਮਰਮਤਾ ਦਾ ਅਰਥ ਹੈ ਨਿਬਰ ਹੋਣਾ অপਸ਼ਨ ਨੰਬਰ B ਉਸ ਤੋਂ ਬਾਅਦ 88 ਨੰਬਰ 88 ਨੰਬਰ ਦਾ ਕੀ ਹੈ অপਸ਼ਨ A ਦੂਸਰਿਆਂ ਦੇ అనుభవ ਨਿਮਰ ਵਿਅਕਤੀ ਡੈਸ਼ ਤੋਂ ਸਿੱਖਦਾ ਹੈ ਦੂਸਰਿਆਂ ਦੇ అనుభవ ਤੋਂ ਕਮੰਡ ਕਿਸ ਦਾ ਸਮਾਨਾਰਥਕ ਹੈ ਅਜਖੜ ਅਜਖੜ ਦਾ ਕੀ ਹੈ ਜਿਹੜਾ ਸਮਾਨਾਰਥਕ ਹੈ ਉਸ ਤੋਂ ਬਾਅਦ ਜਿੱਦੀ ਜਿੱਦੀ ਦਾ ਵਿਰੋਧੀ ਸ਼ਬਦ ਕੀ ਹੁੰਦਾ ਹੈ ਸਹਿਮਤ ਉਸ ਤੋਂ ਬਾਅਦ ਆਪ ਅੱਗੇ ਗੱਲ ਕਰਾਂਗੇ 71 ਨੰਬਰ ਕੁਐਸਚਨ ਦੀ ਇਹਦੇ ਚ ਵੀ ਪਹਿਰਾ ਚਾਰ ਦੇ ਚਾਰ ਪਹਿਰੇ ਆਪਾਂ ਕੱਲ ਹੀ ਤੁਹਾਨੂੰ ਦੱਸੇ ਸੀ ਪਹਿਰੇ ਹੀ ਆਉਣਗੇ ਪਹਿਰੇ ਦੇ ਵਿੱਚੋਂ ਕੁਸ਼ਨ ਲੱਭਣੇ ਹੁੰਦੇ ਆ ਤੇ ਇਹਦੇ ਵਿੱਚ ਆਪਾਂ ਧੰਨਵਾਦ ਦਾ ਅਰਥ ਹੈ ਕਿ ਅਸੀਂ ਡੈਸ਼ ਹਾਂ కృਤਗ ਆਪਸ਼ਨ ਨੰਬਰ ਡੀ ਉਸ ਤੋਂ ਬਾਅਦ 72 ਨੰਬਰ ਦੀ ਗੱਲ ਕਰਾਂਗੇ ਮਹਾਨ ਸਤਗੁਣ ਕੀ ਹੈ ਮਹਾਨ ਸਤਗੁਣ ਕੀ ਹੈ కృਤਗਤਾ ਦਾ ਪ੍ਰਦਰਸ਼ਨ ਆਪਸ਼ਨ ਨੰਬਰ ਬੀ ਉਸ ਤੋਂ ਬਾਅਦ 73 ਨੰਬਰ ਆਪਣੇ ਡੈਸ਼ ਵਿੱਚ ਕੋਈ ਵੀ ਕਿਰਤਗ ਹੋ ਸਕਦਾ ਹੈ ਸਤਗੁਣਾ ਦੇ ਵਿੱਚ ਉਸ ਤੋਂ ਬਾਅਦ ਅੱਛੀ ਸ਼ਬਦ ਡੈਸ਼ ਹੈ ਅੱਛੀ ਮਤਲਬ ਵਿਸ਼ੇਸ਼ਣ ਹੈ ਹੁੰਦੀ ਵਿਸ਼ੇਸ਼ਤਾ ਹੈ ਸਤਗੁਣ ਦਾ ਅਰਥ ਹੈ ਡੈਸ਼ ਸਤਗੁਣ ਕੀ ਹੁੰਦਾ ਗੁਣ ਆਪਸ਼ਨ ਨੰਬਰ ਏ ਉਸ ਤੋਂ ਬਾਅਦ 76 ਨੰਬਰ ਦੀ ਗੱਲ ਕਰਾਂਗੇ ਤਾਂ ਲੰਬੇ ਸਮੇਂ ਤੱਕ ਲਗਾਤਾਰ ਟੀਵੀ ਦੇਖਣ ਨਾਲ ਸਾਡਾ ਡੈਸ਼ ਪ੍ਰਭਾਵਿਤ ਨਹੀਂ ਹੁੰਦਾ ਤੇ ਆਪਣੀ ਜਿਹੜੀ ਉਚਾਈ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਬਾਕੀ ਮਾਨਸਿਕ ਸਿਹਤ ਪਾਚਨ ਕਿਰਿਆ ਤੇ ਭਾਰ ਦੇ ਵਿੱਚ ਜਿਹੜਾ ਅੰਤਰ ਪੈਂਦਾ ਹੈ ਉਸ ਤੋਂ ਬਾਅਦ 77 ਨੰਬਰ 77 ਨੰਬਰ ਦੀ ਗੱਲ ਕਰਾਂਗੇ ਤਾਂ ਅੰਤਿਕ ਤੇ ਹਿੰਸਾ ਦੇ ਦ੍ਰਿਸ਼ਾਂ ਨਾਲ ਨੌਜਵਾਨਾਂ ਵਿੱਚ ਮਨੋਵਿਗਿਆਨਿਕ ਸਮੱਸਿਆਵਾਂ ਜਨਮ ਲੈਂਦੀ ਹਨ ਮਨੋਵਿਗਿਆਨਿਕ ਸਮੱਸਿਆਵਾਂ ਦਾ ਸਬੰਧ ਹੈ ਮਨ ਨਾਲ ਆਪਸ਼ਨ ਨੰਬਰ ਏ ਉਸ ਤੋਂ ਬਾਅਦ ਟੀਵੀ ਦੇਖਣ ਦਾ ਪ੍ਰਭਾਵ ਬੱਚਿਆਂ ਦੀ ਦ੍ਰਿਸ਼ਟੀ ਉੱਤੇ ਸਭ ਤੋਂ ਵੱਧ ਪੈਂਦਾ ਹੈ ਕਿਉਂਕਿ ਉਹ ਟੀਵੀ ਨੂੰ ਬਹੁਤ ਨਜ਼ਦੀਕੀ ਤੋਂ ਦੇਖਦੇ ਹਨ ਆਪਸ਼ਨ ਨੰਬਰ ਸੀ ਅੱਗੇ ਆਪਾਂ ਢਿੱਲੀ ਦਾ ਸਮਾਨ ਅਰਥ ਸ਼ਬਦ ਹੈ ਕੋਈ ਚੀਜ਼ ਢਿੱਲੀ ਹੁੰਦੀ ਹੈ ਉਹਨੂੰ ਆਪਾਂ ਹੌਲੀ ਕਹਿ ਦਿੰਦੇ ਹਾਂ ਜਿਵੇਂ ਬਹੁਤ ਬੰਦਾ ਹੌਲੀ ਹੈ ਤਾਂ ਆਪਾਂ ਕਹਿੰਦੇ ਬਹੁਤ ਢਿੱਲਾ ਬੰਦਾ ਹੈ ਉਸ ਤੋਂ ਅਗੇ ਪੈਰੇ ਵਿੱਚ ਵਰਤੇ ਗਿਆ ਹਾਨੀਕਾਰਕ ਦਾ ਮਤਲਬ ਹੈ ਖਤਰਨਾਕ অপਸ਼ਨ ਨੰਬਰ ਡੀ ਤੇ ਇਥੇ ਜਿਹੜਾ ਕੀ ਹੈ ਪੂਰਾ ਪੇਪਰ ਸਮਾਪਤ ਹੋ ਜਾਂਦਾ ਹੈ ਤੇ ਪੂਰੇ ਪੇਪਰ ਦੇ ਜਿਹੜੇ ਆਨਸਰ ਤੁਸੀਂ ਮਿਲਾ ਕੇ ਜਿੰਨੇ ਵੀ ਤੁਹਾਡੇ ਨੰਬਰ ਬੰਦੇ ਆ ਤੁਸੀਂ ਕਮੈਂਟ ਜਰੂਰ ਕਰਿਓ ਫਿਰ ਆਪਾਂ ਇੱਕ ਕੱਟਆਪ ਦੀ ਵੀਡੀਓ ਵੀ ਬਣਾ ਦੇਾਂਗੇ ਵੀ ਕਿੰਨੇ ਨੰਬਰ ਵਾਲਾ ਜਿਹੜਾ ਕੀ ਹੈ ਬੱਚਾ ਪਾਸ ਹੈ ਪਾਸ ਹੋਣ ਵਾਸਤੇ ਕਿੰਨੇ ਨੰਬਰ ਚਾਹੀਦੇ ਆ ਉਹਦੇ ਤੇ ਵੀ ਵੀਡੀਓ ਡਿਟੇਲ ਚ ਬਣਾ ਦੇਾਂਗੇ ਤੇ ਤੁਸੀਂ ਸਾਰੇ ਆਪਣੇ ਪੇਪਰ ਨਾਲ ਜ਼ਰੂਰ ਮਿਲਾਓ ਕਿੰਨੇ ਕਿੰਨੇ ਨੰਬਰ ਬੰਦੇ ਆ ਉਹ ਵੀ ਕਮੈਂਟ ਜਰੂਰ ਕਰੋ ਥੈਂਕ ਯੂ ਤੇ ਸਾਰਿਆਂ ਤੱਕ ਵੀਡੀਓ ਜਰੂਰ ਸ਼ੇਅਰ ਕਰੋ ਤਾਂ ਕਿ ਸਾਰੇ ਬੱਚੇ ਜਿਹੜੇ ਵੀਡੀਓ ਨੂੰ ਦੇਖ ਕੇ ਆਪਣੇ ਨੰਬਰ ਮਿਲਾ ਸਕਣ